ਕਿ ਦੋਸਤੋ ਤੁਹਾਡਾ ਵੀ ਤਿਆਵ ਆ ਜਿਹੜਾ ਉਹ ਬਹੁਤ ਹੀ ਜ਼ਿਆਦਾ ਬਣਦਾ ਹੈਗਾ, ਤੁਹਾਨੂੰ ਵੀ ਐਸੀਡਿਟੀ ਦੀ ਬਹੁਤ ਪ੍ਰੋਬਲਮ ਆ, ਤਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਤਾਂ ਅਕਸਰ ਤਿਆਬ ਬਣਾਉਂਦੀਆਂ ਨੀਗੀਆਂ, ਅਤੇ ਜੋ ਵੀ ਆਪਾਂ ਅਕਸਰ ਜੋ ਵੀ ਆਪਾਂ ਚੀਜ਼ਾਂ ਘਰ ਵਿੱਚ ਖਾਂਦੇ ਹਾਂ ਉਹਨਾਂ ਨਾਲ ਹੀ ਜਿਹੜੀ ਐਸੀਡਿਟੀ ਦੀ ਪ੍ਰੋਬਲਮ ਆ ਜਿਹੜਾ ਤੇਜ਼ਾਬ ਉਹ ਬਹੁਤ ਹੀ ਜ਼ਿਆਦਾ ਬਣਦਾ, ਤਾਂ ਜਿਹੜੀ ਆਪਾਂ ਅੱਜ ਚੀਜ਼ ਬਣਾਉਣ ਲੱਗੇ ਹਾਂ ਜੀ ਇਹ ਬਹੁਤ ਫਾਇਦਾ ਕਰੂ, ਅਜਮਾਇਆ ਹੋਇਆ ਤਾਂ ਇਹਦੇ ਨਾਲ ਜਿਹੜਾ ਫਰਕ ਉਹ ਬਹੁਤ ਹੀ ਜ਼ਿਆਦਾ ਆਪਾਂ ਨੂੰ ਮਿਲਦਾ। ਪਹਿਲਾਂ ਆਪਾਂ ਇੱਕ ਦੁੱਧ ਵਾਲੀ ਬਣਾਈ ਸੀ ਜੀ ਵੀਡੀਓ, ਉਹਦੇ ਨਾਲ ਵੀ ਬਹੁਤ ਫਰਕ ਮਿਲਦਾ, ਪਰ ਜਿਨ੍ਹਾਂ ਦਾ ਰੈਗੂਲਰ ਹੀ ਬਣਦਾ ਗਾ ਬਹੁਤ ਮਤਲਬ ਤੰਗ ਹੁੰਦੇ ਨੇ, ਕੁਝ ਵੀ ਖਾ ਪੀ ਨਹੀਂ ਸਕਦੇ, ਜਿਵੇਂ ਕਈ ਵਾਰ ਸਬਜ਼ੀ ਖਾ ਲਈ ਉਸ ਨਾਲ ਹੀ ਕਹਿ ਦਿੰਦੇ ਨੇ ਬਹੁਤ ਵੀ ਸਾਡਾ ਤੇਜ਼ਾਬ ਬਸ ਥੋੜ੍ਹੀ ਚੀਜ਼ ਖਾਣ ਨਾਲ ਹੀ ਬਣ ਜਾਂਦਾ, ਤਾਂ ਉਹਨਾਂ ਵਾਸਤੇ ਆਹ ਜਿਹੜਾ ਆਪਾਂ ਪਾਊਡਰ ਤਿਆਰ ਕਰਾਂਗੇ ਇਹਦੇ ਨਾਲ ਬਹੁਤ ਫਾਇਦਾ ਹੋਊਗਾ। ਅਤੇ ਤੁਸੀਂ ਹੁਣ ਐਵੇਂ ਤੱਕ ਹੋਣਾ ਜਿਵੇਂ ਤਾਂ ਵੈਦਗਰੀ ਘੋਟਣ ਲੱਗ ਗਈ ਜੀ, ਉਹ ਜਿਹੜੀਆਂ ਬੈਦਾਂ ਵਾਲੀਆਂ ਜੜੀਆਂ ਬੂਟੀਆਂ ਹੁੰਦੀਆਂ ਨੇ ਉਹ ਤਾਂ ਅਲੱਗ ਹੀ ਹੁੰਦੀਆਂ ਨੇ ਜੀ, ਉਹਨਾਂ ਨੂੰ ਹੀ ਪਤਾ ਹੁੰਦਾ ਗਾ ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਹੁੰਦਾ ਜੀ, ਕੋਰਸ ਕਰੇ ਹੁੰਦੇ ਨੇਗੇ। ਪਰ ਜੋ ਆਪਾਂ ਨੂੰ ਚੀਜ਼ਾਂ ਪਤਾ ਨਹੀਂ ਜੀ, ਜੋ ਵੀ ਆਪਣੇ ਮਤਲਬ ਬਜ਼ੁਰਗ ਵਰਤਦੇ ਸੀਗੇ, ਜਿਹੜੀਆਂ ਚੀਜ਼ਾਂ ਨੇ ਬਹੁਤ ਫਾਇਦਾ ਕਰਦੇ ਨੇ, ਅਤੇ ਇਹ ਜਿਹੜੀਆਂ ਚੀਜ਼ਾਂ ਨੇ ਅਕਸਰ ਆਪਣੇ ਘਰ ਵੀ ਮਿਲ ਜਾਂਦੀਆਂ ਨੇ ਜੀ। ਹੁਣ ਜਿਵੇਂ ਆ ਗਈ ਜੀ ਸੌਂਫ, ਮਲੱਠੀ, ਮਿਸ਼ਰੀ, ਅਤੇ ਆਹ ਹੈਗਾ ਜੀ ਚਰੇਤਾ, ਜੋ ਕਿ ਬਹੁਤ ਹੀ ਠੰਡਾ ਹੁੰਦਾ ਗਾ, ਗਰਮੀ ਦੌਰਾਨ ਆਪਾਂ ਨੂੰ ਅਨੇਕਾਂ ਹੀ ਪ੍ਰੋਬਲਮ ਆਉਂਦੀਆਂ ਨੇ, ਉਹ ਤੋਂ ਆਪਾਂ ਨੂੰ ਰਾਤ ਦੇ ਨਾਲ ਜਿਵੇਂ ਕਈ ਵਾਰ ਨਕਸੀਰ ਦੀ ਪ੍ਰੋਬਲਮ ਹੋ ਜਾਂਦੀ, ਨਕਸੀਰ ਫਟ ਜਾਂਦੀ ਹੈਗੀ, ਜਾਂ ਪੇਟ 'ਚ ਗੜਬੜ ਹੁੰਦੀ ਹੈ, ਕਬਜ਼ ਦੀ ਪ੍ਰੋਬਲਮ ਹੋ ਗਈ ਜੀ, ਗੈਸ ਦੀ ਪ੍ਰੋਬਲਮ ਹੋ ਗਈ, ਜਾਂ ਕਈ ਵਾਰ ਕਿਸੇ ਦੇ ਖਾਰਸ਼ ਬਹੁਤ ਹੀ ਜ਼ਿਆਦਾ ਹੁੰਦੀ ਹੈ, ਮਤਲਬ ਕਈ ਵਾਰ ਕਹਿ ਸਕਦੇ ਹਾਂ ਵੀ ਖੁਰਕ ਦੀ ਪ੍ਰੋਬਲਮ ਹੋ ਗਈ, ਜਾਂ ਖੂਨੀ ਬਵਾਸੀਰ, ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਬਵਾਸੀਰ ਹੈ, ਅੱਖਾਂ ਵਿੱਚ ਜਲਨ ਹੁੰਦੀ ਹੈਗੀ, ਹੱਥਾਂ ਪੈਰਾਂ 'ਚ ਹੁੰਦੀ ਹੈ, ਕਈ ਵਾਰ ਕਿਸੇ ਦੇ ਪੈਰਾਂ ਵਿੱਚ ਬਹੁਤ ਜ਼ਿਆਦਾ ਜਲਨ ਹੁੰਦੀ ਹੈ, ਤਾਂ ਜਿਹੜੀ ਇਹ ਚੀਜ਼ ਆ ਚਰੇਤਾ, ਇਹ ਖਾਣ 'ਚ ਥੋੜ੍ਹਾ ਜਿਹਾ ਤਾਂ ਕੌੜਾ ਹੁੰਦਾ, ਪਰ ਇਹਦੀ ਜਿਹੜੀ ਤਸੀਰ ਆ ਉਹ ਠੰਡੀ ਹੁੰਦੀ ਆ, ਅਤੇ ਆਪਾਂ ਨੂੰ ਇਹਦਾ ਫਾਇਦਾ ਮਿਲਦਾ। ਅਤੇ ਹੁਣ ਜਿਵੇਂ ਹੈਗੀ ਜੀ ਐਸੀਡਿਟੀ ਦੀ ਪ੍ਰੋਬਲਮ, ਖਾਧਾ ਪੀਤਾ ਨਹੀਂ ਪਚਦਾ, ਭੁੱਖਾ ਜਿਹੜੀ ਉਹ ਪ੍ਰੋਪਰ ਨਹੀਂ ਲੱਗਦੀ, ਤਾਂ ਉਹਦੇ ਵਾਸਤੇ ਜਿਹੜਾ ਚਰੇਤਾ ਬਹੁਤ ਹੀ ਫਾਇਦਾ ਕਰੂਗਾ ਜੀ। ਅਤੇ ਆਪਾਂ ਕਿੰਨਾ ਕਿੰਨਾ ਲੈ ਕੇ ਪਾਊਡਰ ਬਣਾਉਣਾ ਜੀ, ਇਹਦੇ ਲਈ ਆਪਾਂ ਲਈ ਹੈ ਜੀ 50 ਗ੍ਰਾਮ ਸੌਂਫ, ਜੋ ਕਿ ਠੰਡੀ ਹੁੰਦੀ ਆ, ਆਪਣੀ ਜੋ ਵੀ ਗੈਸ ਤੇਜ਼ਾਬ ਦੀ ਪ੍ਰੋਬਲਮ ਆ ਉਹ ਤੋਂ ਆਪਣੀ ਰੱਖਿਆ ਕਰਦੀ ਹੈਗੀ, ਅਤੇ ਆਪਣੇ ਵਿੱਚ ਜਿਹੜੀ ਮਤਲਬ ਭੁੱਖ ਹੈਗੀ ਉਹ ਵਧੀਆ ਲੱਗਦੀ, ਚੰਗੀ ਤਰ੍ਹਾਂ ਆਪਣਾ ਖਾਧਾ ਪੀਤਾ ਪਚਦਾ, ਅਤੇ ਆਪਣੀ ਜਿਹੜੀ ਇਮਿਊਨਿਟੀ ਆ ਉਹ ਵੀ ਮਜ਼ਬੂਤ ਹੁੰਦੀ ਹੈ ਜੀ। ਇੱਧਰ ਆ ਜੀ ਮਲੱਠੀ, ਮਲੱਠੀ ਜੋ ਕਿ ਗਲਾ ਵੀ ਸਾਫ਼ ਕਰਦੀ ਆ, ਅਤੇ ਜਿਹੜੀਆਂ ਪੇਟ ਸੰਬੰਧੀ ਅਨੇਕਾਂ ਹੀ ਪ੍ਰੋਬਲਮ ਹੁੰਦੀਆਂ ਨੇਗੀਆਂ, ਖਾਧਾ ਪੀਤਾ ਪ੍ਰੋਪਰ ਨਹੀਂ ਪਚਦਾ, ਜਾਂ ਬਹੁਤ ਹੀ ਜ਼ਿਆਦਾ ਗੈਸ ਦੀ ਪ੍ਰੋਬਲਮ ਆ, ਉਹਦੇ ਵਾਸਤੇ ਬਹੁਤ ਹੀ ਫਾਇਦਾ ਕਰਦੀ ਜੀ। ਇਹ ਆਪਾਂ 50 ਗ੍ਰਾਮ ਲਈ ਆ, ਕੁਝ ਤਾਂ ਮੈਂ ਸਾਬਤੀ ਲਈ ਹੈ, ਕੁਝ ਮੇਰੇ ਕੋਲ ਪਿਆ ਸੀ ਜੀ ਪਾਊਡਰ, ਇਹ ਆਪਾਂ ਸਾਰਾ 50 ਗ੍ਰਾਮ ਲਿਆ ਜੀ। ਇੱਧਰ ਆ ਜੀ ਮਿਸ਼ਰੀ, ਇਹ ਆਪਾਂ ਲਈ ਹੈ ਜੀ 100 ਗ੍ਰਾਮ, ਜੋ ਕਿ ਮਤਲਬ ਠੰਡ ਦਿੰਦੀ ਹੈਗੀ ਆਪਾਂ ਨੂੰ, ਅੱਖਾਂ ਵਾਸਤੇ ਵਧੀਆ ਹੁੰਦੀ ਜੀ, ਕਿਸੇ ਨੂੰ ਜਿਸ ਨੂੰ ਬਹੁਤ ਹੀ ਜ਼ਿਆਦਾ ਮਤਲਬ ਕਹਿ ਸਕਦੇ ਵੀ ਡਿਪਰੈਸ਼ਨ ਹੈ, ਮਾਨਸਿਕ ਤੌਰ 'ਤੇ ਥੋੜ੍ਹੇ ਜਿਹੇ ਕਹਿ ਸਕਦੇ ਵੀ ਵੀਕ ਨੇ, ਉਹਨਾਂ ਵਾਸਤੇ ਵੀ ਜਿਹੜੀ ਮਿਸ਼ਰੀ ਆ ਬਹੁਤ ਫਾਇਦਾ ਕਰਦੀ ਹੈ। ਇਹ ਆਪਾਂ ਧਾਗੇ ਵਾਲੀ ਲਈ ਹੋਈ ਹੈ ਜੀ, ਕੁੱਟ ਕੇ ਆਪਾਂ ਇਹਦਾ ਧਾਗਾ ਕੱਢ ਲਾਂਗੇ, ਅਤੇ ਇਹਦੇ ਨਾਲ ਜਿਹੜੀ ਭੁੱਖ ਆ ਉਹ ਵੀ ਵੱਧਦੀ ਆ ਜੀ, ਖੂਨ ਕਹਿ ਸਕਦੇ ਵੀ ਜਿਨ੍ਹਾਂ ਨੂੰ ਪਿਸ਼ਾਬ ਸੰਬੰਧੀ ਕੋਈ ਵੀ ਪ੍ਰੋਬਲਮ ਆ ਉਹ ਵੀ ਠੀਕ ਹੁੰਦੀ ਹੈਗੀ। ਅਤੇ ਇੱਧਰ ਆ ਗਿਆ ਜੀ ਚਰੇਤਾ, ਇਹਦਾ ਤਾਂ ਫਾਇਦਾ ਮੈਂ ਦੱਸ ਹੀ ਨਹੀਂ ਸਕਦੀ ਜੀ। ਹੁਣ ਜਿਵੇਂ ਕਈ ਵਾਰ ਲੇਡੀਜ਼ ਹੁੰਦੀਆਂ ਨੇ, ਕੋਈ ਵੀ ਇੰਟਰਨਲ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ, ਜੋ ਕਿਸੇ ਨਾਲ ਵੀ ਸ਼ੇਅਰ ਨਹੀਂ ਕਰ ਸਕਦੇ, ਉਹਨਾਂ ਵਾਸਤੇ ਵੀ ਜਿਹੜਾ ਇਹ ਚਰੇਤਾ ਬਹੁਤ ਫਾਇਦਾ ਕਰਦਾ ਜੀ। ਅਤੇ ਚਲੋ ਜੀ ਫਿਰ ਹੁਣ ਆਪਾਂ ਇਹਨਾਂ ਨੂੰ ਬਰੀਕ ਬਰੀਕ ਕੁੱਟ ਲੈਂਦੇ ਹਾਂ ਜੀ। ਆਹ ਹੈਗੇ ਨੇ ਜੀ, ਵੈਸੇ ਤਾਂ ਡੱਕੇ ਜਿਹੇ ਹੁੰਦੇ ਨੇ, ਪੱਤੇ ਵੀ ਇਹਦੇ ਆਪਾਂ ਲੈ ਸਕਦੇ ਹਾਂ, ਅਤੇ ਨਹੀਂ ਆਪਾਂ ਚਰੇਤਾ ਕਰਕੇ ਲੈ ਸਕਦੇ, ਇਹਦੇ ਵਿੱਚ ਪੱਤੀਆਂ ਪੁੱਤੀਆਂ ਸਾਰਾ ਕੁਛ ਹੀ ਆ ਜਾਂਦਾ, ਜਿਵੇਂ ਇਹਦੇ ਬਰੀਕ ਬਰੀਕ ਫੁੱਲ ਲੱਗਦੇ ਨੇ ਜੀ, ਉਹ ਸੁੱਕੇ ਹੋਏ ਨੇ, ਉਹ ਵੀ ਸਾਰੀਆਂ ਚੀਜ਼ਾਂ ਆਪਾਂ ਲੈ ਲਈਆਂ ਜੀ। ਅਤੇ ਹੁਣ ਆਪਾਂ ਇਹਨਾਂ ਨੂੰ ਮਿਕਸੀ 'ਚ ਪਾ ਲਾਂਗੇ ਜੀ। ਆਹ ਆਪਾਂ ਲਈ ਹੈ ਜੀ ਸੌਂਫ, ਅਤੇ ਜਿਹੜੀ ਆਪਾਂ ਲਈ ਹੈ ਜੀ ਮਿਸ਼ਰੀ, ਇਹਦੇ ਵਿੱਚ ਆਪਾਂ ਧਾਗਾ ਮਿਸ਼ਰੀ ਲਈ ਹੈ, ਧਾਗਾ ਆਪਾਂ ਕੱਢ ਲਾਂਗੇ, ਅਤੇ ਇੱਧਰ ਜਿਹੜੀ ਮਲੱਠੀ ਲਈ ਹੈ ਇਹਨੂੰ ਵੀ ਆਪਾਂ ਕੁੱਟ ਲਾਂਗੇ, ਅਤੇ ਆਹ ਵੀ ਆਪਾਂ ਕੁੱਟ ਕੇ ਹੀ ਪਾਵਾਂਗੇ ਜੀ। ਹੁਣ ਸਭ ਤੋਂ ਪਹਿਲਾਂ ਆਪਾਂ ਕੁੱਟ ਲਈਏ, ਅਤੇ ਫਿਰ ਆਪਾਂ ਇਹਦਾ ਕਰਾਂਗੇ ਜੀ ਪਾਊਡਰ ਤਿਆਰ। ਲਓ ਜੀ ਸਾਰਾ ਸਮਾਨ ਆਪਾਂ ਕੁੱਟ ਲਿਆਂਦਾ। ਆਹ ਆਪਾਂ ਲਈਏ ਜੀ ਮਿਸ਼ਰੀ, ਇਹ ਆਪਾਂ ਵੱਧ ਲਈਏ ਜੀ ਦੂਜਾ ਸਾਰਾ ਸਮਾਨ, 50 ਗ੍ਰਾਮ ਆ, ਇਹ ਲਈ ਆਪਾਂ 100 ਗ੍ਰਾਮ। ਆ ਗਿਆ ਜੀ ਮਲੱਠੀ, ਵਿੱਚ ਆ ਗਿਆ ਜੀ ਇਹਦਾ ਪਾਊਡਰ, ਠੀਕ ਹੈ ਜੀ, ਅਤੇ ਆ ਗਿਆ ਜੀ ਚਰੇਤਾ, ਇਹ ਵੀ ਆਪਾਂ 50 ਗ੍ਰਾਮ ਲਿਆ ਜੀ ਚਰੇਤਾ। ਇਹ ਹੈ ਡੱਕੇ ਜੀ ਰਹੋਣੇ ਹੈ, ਹਾਂਜੀ ਹਾਂਜੀ, ਅਤੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਇਹ ਲੱਗਦੀ ਡੱਕੇ ਨੇ ਜੀ, ਪਰ ਇਹਦੇ ਫਾਇਦੇ ਇੰਨੇ ਨੇ ਦੱਸ ਨਹੀਂ ਸਕਦੀ ਜੀ ਮੈਂ। ਹਰੇਕ ਬਿਮਾਰੀ 'ਚ ਵਰਤਿਆ ਜਾਂਦਾ ਜੀ, ਇਹ ਬਹੁਤ ਫਾਇਦਾ ਕਰਦਾ, ਖੂਨ ਦੀ ਘਾਟ ਨੂੰ ਪੂਰਾ ਕਰਦਾ, ਇਹ ਸਰੀਰ ਨੂੰ ਹਾਈਡਰੇਟ ਰੱਖਦਾ ਗਾ,
ਠੀਕ ਹੈ ਜੀ। ਮੈਂ ਸਰੀਰ ਨੂੰ ਠੰਡਕ ਦਿੰਦਾ ਜਿਵੇਂ ਕਈ ਵਾਰ ਗਰਮੀ ਦੌਰਾਨ ਕਿਸੇ ਦੇ ਖਾਰਸ਼ ਬਹੁਤ ਜ਼ਿਆਦਾ ਹੁੰਦੀ ਜਾਂ ਖੁਰਕ ਕਹਿ ਸਕਦੇ ਮੈਂ ਵੀ ਉਹਦੇ ਉਹਨੂੰ ਵੀ ਇਹ ਠੀਕ ਕਰਦਾ ਜੀ। ਠੀਕ ਹੈ ਜੀ। ਇਹ ਤਾਂ ਆਪਾਂ ਮਤਲਬ ਉਹਨਾਂ ਵਾਸਤੇ ਬਣਾਇਆ ਜੀ ਪਾਊਡਰ ਜਿਹਨਾਂ ਦੇ ਮਤਲਬ ਬਹੁਤ ਹੀ ਜ਼ਿਆਦਾ ਐਸਿਡ ਬਣਦਾ ਹੈਗਾ। ਕਈ ਵਾਰ ਐਵੇਂ ਹੁੰਦਾ ਜੀ ਕਿਸੇ ਦੇ ਮਤਲਬ ਉਂਝ ਇੱਕ ਦਿਨ 'ਚ ਤੇਜ਼ਾਬ ਬਣ ਜਾਂਦਾ, ਇਹ ਤਾਂ ਮਤਲਬ ਐਵੇਂ ਵੀ ਜੇ ਕਿਸੇ ਦੇ ਡੇਲੀ ਬਣਦਾ ਤਾਂ ਉਦੋਂ ਇਹ ਪਾਊਡਰ ਆਪਾਂ ਯੂਜ ਕਰ ਸਕਦੇ ਹਾਂਗੇ। ਉਹਦੇ ਵਾਸਤੇ ਆਪਾਂ ਇੱਕ ਵੀਡੀਓ ਪਾਈ ਹੋਈ ਜੀ, ਦੁੱਧ 'ਚ ਮਲੱਠੀ ਅਤੇ ਸੌਂਫ ਨੂੰ ਉਬਾਲ ਕੇ ਠੰਡਾ ਕਰਕੇ ਪੀ ਸਕਦੇ ਹਾਂ ਜਿਵੇਂ ਕਿਸੇ ਦੇ ਮਤਲਬ ਵੀ ਕਦੇ ਕਦਾਈ ਬਣਦਾ ਹੈਗਾ, ਉਹਦੇ ਨਾਲ ਵੀ ਬਹੁਤ ਰਾਹਤ ਮਿਲਦੀ ਹੈ ਜੀ। ਅਤੇ ਜਿਹੜੇ ਪਾਊਡਰ ਹੈ ਆਪਾਂ ਦੋ ਟਾਈਮ ਲੈਣਾ, ਚਮਚ ਦਾ ਅੱਧਾ ਚਮਚ ਲੈ ਲੈਣਾ ਹੈਗਾ ਦੋ ਟਾਈਮ ਸਵੇਰੇ ਸ਼ਾਮ। ਅਤੇ ਹੁਣ ਆਪਾਂ ਇਹਨੂੰ ਪੀਸ ਲਾਂਗੇ ਜੀ। ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਿਆ ਅਤੇ ਹੁਣ ਆਪਾਂ ਇਹਨੂੰ ਛਾਣ ਵੀ ਲੈਣਾ ਹੈਗਾ, ਕਿਉਂਕਿ ਇਹਦੇ ਵਿੱਚ ਜਿਹੜੇ ਮੋਟੇ ਡੱਕੇ ਉਹ ਆਪਾਂ ਕੱਢ ਦੇਣੇ ਨੇਗੇ। ਹੁਣ ਆਪਾਂ ਇਹਨੂੰ ਛਾਣ ਕੇ ਜਿਹੜਾ ਦਾ ਬਰੀਕ ਪਾਊਡਰ ਹੈ ਉਹ ਆਪਾਂ ਤਿਆਰ ਕਰ ਲੈਣਾ ਜੀ। ਠੀਕ ਹੈ ਜੀ, ਡੱਕੇ ਡੋਲੇ ਰਹਿ ਗਏ ਇਹਨੂੰ। ਹਾਂਜੀ, ਕਿਉਂਕਿ ਮਲੱਠੀ ਦੇ ਵੀ ਨਿਕਲਦੇ ਨੇ ਜੀ ਅਤੇ ਜਿਹੜਾ ਆਪਾਂ ਚਰੇਤਾ ਪਾਇਆ ਉਹਦੇ ਵੀ ਨਿਕਲਦੇ ਨੇ। ਅਤੇ ਇਹ ਆਪਾਂ ਲੈਣਾ ਜੀ ਅੱਧਾ ਚਮਚ ਸਵੇਰੇ ਸ਼ਾਮ, ਇਹ ਆਪਾਂ ਪਾਣੀ ਨਾਲ ਲੈ ਸਕਦੇ ਹਾਂ, ਰੋਟੀ ਖਾਣ ਤੋਂ ਬਾਅਦ ਵੀ ਲੈ ਸਕਦੇ। ਭਰ ਕੇ ਦਿਖਾ ਦਿਓ ਜੀ। ਅੱਧਾ ਚਮਚ ਲੈਣਾ ਜੀ ਰੋਟੀ ਖਾਣ ਤੋਂ ਬਾਅਦ ਲੈਣਾ ਹੈਗਾ ਸਵੇਰੇ ਸ਼ਾਮ, ਪਹਿਲਾਂ ਵੀ ਲੈ ਸਕਦੇ, ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਗਾ। ਜਿਹਨਾਂ ਨੂੰ ਕਹਿ ਸਕਦੇ ਵੀ ਥਾਇਰਡ ਦੀ ਪ੍ਰੋਬਲਮ ਆ, ਬਲੱਡ ਪ੍ਰੈਸ਼ਰ ਵੀ ਬਹੁਤ ਹੀ ਜ਼ਿਆਦਾ ਵੱਧਦਾ ਹੈਗਾ, ਅਤੇ ਜਾਂ ਕਹਿ ਸਕਦੇ ਵੀ ਬਹੁਤ ਹੀ ਜ਼ਿਆਦਾ ਮਤਲਬ ਖਾਧਾ ਪੀਤਾ ਵੀ ਚੰਗੀ ਤਰ੍ਹਾਂ ਨਹੀਂ ਪਚਦਾ, ਨੀਂਦ ਵੀ ਨਹੀਂ ਆਉਂਦੀ, ਤਾਂ ਉਹਨਾਂ ਵਾਸਤੇ ਜਿਹੜਾ ਪਾਊਡਰ ਬਹੁਤ ਫਾਇਦਾ ਕਰੂਗਾ। ਇਹ ਜਿਹੜਾ ਤੇਜ਼ਾਬ ਹੁੰਦਾ ਉਹਨੂੰ ਤਾਂ ਠੀਕ ਕਰਦੀ ਕਰਦਾ ਗਾ, ਹੋਰ ਵੀ ਜਿਹਨਾਂ ਨੂੰ ਅਨੇਕਾਂ ਹੀ ਪ੍ਰੋਬਲਮ ਹੈ ਉਹ ਵੀ ਇਹਦੇ ਨਾਲ ਠੀਕ ਹੁੰਦੀਆਂ ਨੇ। ਜਿਹਨਾਂ ਨੂੰ ਖੂਨ ਦੀ ਘਾਟ ਹੈ ਜੀ, ਖੂਨ ਦੀ ਘਾਟ ਵੀ ਪੂਰੀ ਕਰੂ, ਕਿਉਂਕਿ ਜਿਹੜੀ ਇਹਦੇ ਵਿੱਚ ਮਿਸ਼ਰੀ ਪਾਈ ਆ ਉਹਦੇ ਵਿੱਚ ਆਇਰਨ ਹੁੰਦਾ ਗਾ, ਸੌਂਫ ਆ ਜਿਹੜੀ ਉਹ ਵੀ ਮਤਲਬ ਕਹਿ ਸਕਦੇ ਵੀ ਖੂਨ ਵਧਾਉਣ ਵਿੱਚ ਵਧੀਆ ਰੋਲ ਅਦਾ ਕਰਦੀ ਹੈਗੀ, ਸਰੀਰ ਨੂੰ ਮਤਲਬ ਕਹਿ ਸਕਦਾ ਵੀ ਸਾਫ਼ ਕਰਦੇ ਆ, ਜਿਹੜਾ ਖਾਧਾ ਪੀਤਾ ਉਹ ਚੰਗੀ ਤਰ੍ਹਾਂ ਆਪਾਂ ਨੂੰ ਲੱਗਦਾ ਹੈਗਾ, ਆਪਣੀ ਜਿਹੜੀ ਇਮਿਊਨਿਟੀ ਆ ਉਹ ਵੀ ਵੱਧਦੀ ਆ। ਸੋ ਜ਼ਰੂਰ ਬਣਾ ਕੇ ਇਹ ਟਰਾਈ ਕਰਿਓ ਜੀ। ਅਤੇ ਆਪਾਂ ਇਹਨਾਂ ਨੂੰ ਮਤਲਬ ਵੀ ਸਹੀ ਸਹੀ ਮਾਤਰਾ 'ਚ ਲੈ ਕੇ ਜੇ ਆਪਾਂ ਸਹੀ ਮਤਲਬ ਤਰ੍ਹਾਂ ਇਹਨੂੰ ਖਾਂਦੇ ਹਾਂ ਤਾਂ ਇਹਦੇ ਫਾਇਦੇ ਮਿਲਦੇ ਨੇ। ਬਹਿਣੀ ਵਾਲਾ ਲਈ ਮੰਮੀ ਵਰਤਦੀ ਹੁੰਦੀ? ਹਾਂਜੀ, ਅਤੇ ਇਹ ਆਪਾਂ 5 ਦਿਨ ਲਗਾਤਾਰ ਲੈ ਸਕਦੇ, ਜਿਹਨਾਂ ਦਾ ਬਹੁਤ ਹੀ ਧਿਆਨ ਦਿੱਤੇ, ਤੁਸੀਂ ਫਰਕ ਦੇਖਿਓ ਵੀ ਇਹਦਾ ਜਿਹੜਾ ਫਰਕ ਉਹ ਆਪਾਂ ਨੂੰ ਬਹੁਤ ਮਹਿਸੂਸ ਹੋ ਗਈ। ਅਤੇ ਇਹ ਆਪਾਂ ਮਹੀਨਾ ਰੈਗੂਲਰ ਲੈ ਸਕਦੇ, ਵਿੱਚ ਦੀ ਆਪਾਂ ਛੱਡ ਕੇ ਫੇਰ ਲੈ ਸਕਦੇ ਹਾਂ, ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਜੀ। ਉਂਝ ਤੁਸੀਂ ਜਿਹੜੀ ਸਾਰੀਆਂ ਚੀਜ਼ਾਂ ਜੀ ਤੁਸੀਂ ਸਰਚ ਕਰਕੇ ਵੀ ਦੇਖ ਸਕਦੇ ਹੋ ਜੀ, ਬਹੁਤ ਮਤਲਬ ਫਾਇਦੇ ਵਾਲੀਆਂ ਚੀਜ਼ਾਂ ਨੇ, ਕੋਈ ਇਹਦਾ ਨੁਕਸਾਨ ਨਹੀਂ ਹੈਗਾ। ਵੀ ਜੇਕਰ ਕਿਸੇ ਨੂੰ ਕੋਈ ਲੱਗਦਾ ਮਾੜਾ ਮੋਟਾ ਤਾਂ ਆਪਾਂ ਇਹਨੂੰ ਛੱਡ ਵੀ ਸਕਦੇ, ਕੋਈ ਐਵੇਂ ਨਹੀਂ ਹੈਗਾ ਵੀ ਆਪਣੀ ਇਹ ਡੋਜ਼ ਲੱਗੀ ਹੋਈ ਵੀ ਆਪਾਂ ਇਹ ਲੈਣੀ ਲੈਣੀ ਹੈਗੀ। ਸੋ ਇਹ ਮਤਲਬ ਤੇਜ਼ਾਬ ਵਾਸਤੇ ਬਹੁਤ ਹੀ ਸਸਤਾ ਹੈ ਅਤੇ ਸੌਖਾ ਹੈ ਤਰੀਕਾ ਜੀ, ਇਹਨੂੰ ਆਪਾਂ ਲੈ ਸਕਦੇ, ਖਾਧਾ ਪੀਤਾ ਵੀ ਬਚੂਗਾ, ਆਪਣੇ ਸਰੀਰ ਨੂੰ ਲੱਗੂਗੀ ਜੋ ਵੀ ਆਪਾਂ ਖੁਰਾਕ ਖਾਂਦੇ ਹੈਗੇ, ਅਤੇ ਆਪਾਂ ਨੂੰ ਇਹਦੇ ਫਾਇਦੇ ਹੀ ਹੋਣਗੇ। ਅਤੇ ਇਹਨੂੰ ਆਪਾਂ ਏਅਰ ਟਾਈਟ 'ਚ ਕਿਸੇ ਵੀ ਡੱਬੇ ਵਿੱਚ ਬੰਦ ਕਰਕੇ ਰੱਖਣਾ ਵੀ ਤਾਂ ਜੋ ਇਹ ਸੈੱਲ ਨਾ ਫੜੇ ਅਤੇ ਨਾ ਹੀ ਇਹ ਖਰਾਬ ਹੋਵੇ। ਸੋ ਬਹੁਤ ਵਧੀਆ ਤਰੀਕਾ ਜੀ, ਜ਼ਰੂਰ ਟਰਾਈ ਕਰਿਓ। ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ। ਵੀਡੀਓ ਦੇਖਣੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।